ਕਮਨੀ ਕੈਸਾ ਹੀ ਤੁਸੀਂ ਸਾਰੇ ਉਮੀਦ ਕਰਨੇ ਆ ਸਾਰੇ ਠੀਕ ਹੋਵੋ ਅਤੇ ਮੈਂ ਵਾ ਸ਼ਾਨੀ ਬੜਾ ਤੁਸੀਂ ਮੈਨੇ ਪਏ ਯੂਟਿਊਬ ਚੈਨਲ ਮੇਰੀ ਸ਼ਾਨੀ ਬਲੋਗ ਅਤੇ ਅਸੀਂ ਚੱਲੇ ਹਾਂ ਜੀ ਟਰੈਕਟਰ ਦੀ ਹੁੱਕ ਦੀ ਪਲੇਟ ਬਣਵਾਉਣ ਹੁੱਕ ਦੇ ਪਿੱਛੇ ਬਾਹਰ ਟਰੈਕਟਰ ਦੀ ਪਲੇਟ ਜਿਹਦੇ ਨਾਲ ਜੁੜਦੀ ਉਹ ਬਣਵਾਉਣ ਚੱਲੇ ਹਾਂ ਅਤੇ ਹੁੱਕ ਨਹੀਂ ਵੀ ਲੱਭਦੀ ਉਹ ਢੂੰਡ ਲਵੀਏ ਪਹਿਲਾਂ ਹਾਂਜੀ ਦੋਸਤੋ ਛੱਤ 'ਤੇ ਆਏ ਹਾਂ ਇੱਥੇ ਢੂੰਡਦੇ ਹਾਂ ਢਾਲੇ ਚ ਹੁੰਦੀਆਂ ਤੁਸੀਂ ਚਾਹੇ ਤਾਂ ਕੀ ਸੀ ਫਿਰ ਕੋਠੇ ਦਾ ਹੀ ਕਰਨਾ ਹਾਂਜੀ ਅਤੇ ਜੀ ਇੱਥੇ ਵੇਖਣ ਲੱਗੇ ਅੱਜ ਪਰੇਟ ਹੋਈ ਤੇ ਪਾਪਾ ਜੀ ਇਹ ਜਿਹੜਾ ਟਾਇਰ ਏ ਇਹ ਬੰਦਾ ਛਿਸਚਾ ਹੀ ਨਹੀਂ ਪਵਾ ਸੜੇ ਇਹਦੇ ਨਾਲ ਦਾ ਕੋਈ ਹੋਰ ਲਿਆ ਕੇ ਉਹ ਇਹ ਕੀ ਪੀ ਹੈ ਕੋਈ ਨੀ ਇੱਥੇ ਤੇ ਲੈ ਜਾਂਦੇ ਹਾਂ ਇਹਦੀ ਦੂਜੀ ਨਾਲ ਵਾਲੀ ਪਲੇਟ ਦਾ ਕੋਈ ਪਤਾ ਇੱਥੇ ਹੀ ਆ ਕਬੀਰ ਆ ਇੱਥੇ ਨੀ ਜੱਜ ਕਬੀਰ ਪਤਾ ਨੀ ਕਿੱਥੇ ਧਾਰ ਸੜੀ ਨੇ ਦੂਜਾ ਇਹ ਲੱਪਾ ਇਹਦਾ ਇਹਨੂੰ ਵੈਲਡ ਕਰਾ ਲਓ ਨਾਲ ਨਵੀਂ ਕਿੰਨੇ ਦੀ ਆਉਂਦੀ ਕਿਉਂ ਛਿਸ ਚਾਹੀ ਦੇਣਾ ਬਾਅਦ ਚੋਂ ਆ ਫਿਰ ਲਾਇਆ ਨੀ ਜੇ ਰਾਤੀ ਬਲਬ ਉਹ ਤੇ ਕੋਲ ਨਾ ਸਾਡੇ ਉਹ ਤੇ ਕੋਲ ਏ ਦੂਜੀ ਚਾਹੀਦੀ ਤੁਸੀਂ ਪਤਾ ਨੀ ਕਿੱਥੇ ਵਹਿੰਦੇ ਰਹੇ ਹੋ ਮੈਨੂੰ ਆਪ ਚੇਤਾ ਹਾਂਜੀ ਦੋਸਤੋ ਤੇ ਜੀ ਆਹ ਕੀ ਹੈ ਆਹ ਟੇਪ ਏ ਟਰੈਕਟਰ 'ਤੇ ਛੱਤ ਲੱਗੇ ਦਾ ਅਤੇ ਰਾਸ਼ਨਾਂ ਵਾਸਤੇ ਆ ਡੱਕ ਲੱਗੇ ਦਾ ਟੇਪ ਹੀ ਨਹੀਂ ਲੱਗਣੀ ਡੱਕ ਕਿੱਥੋਂ ਲੱਗਣਾ ਆਹ ਪਤਾ ਨਹੀਂ ਕੀ ਪਏ ਆ ਮੈਂ ਬਲਬ ਨੇ ਹਾਂਜੀ ਦੋਸਤੋ ਤੇ ਜੀ ਉਸ ਟਾਈਮ ਲੇਟ ਹੋ ਗਏ ਸਰ ਧਾਰਾਂ ਨਹੀਂ ਸਨ ਕੱਢੀਆਂ ਪਤਾ ਨਹੀਂ ਕੀ ਹੈ ਮੇਰਾ ਖਾਲੀ ਡੱਬਾ ਉਸ ਟਾਈਮ ਧਾਰਾਂ ਨਹੀਂ ਸਨ ਕੱਢੀਆਂ ਜਿਸ ਦੀ ਵਜ੍ਹਾ ਤੋਂ ਲੋਗ ਨਹੀਂ ਸੀ ਬਣ ਸਕਿਆ ਧਾਰਾਂ ਕੱਢਣ ਲੱਗ ਪਏ ਸਾਂ ਟਾਈਮ ਵਾਹਵਾ ਹੋ ਗਿਆ ਸੀ ਅਤੇ ਪਾਪਾ ਹਾਲੇ ਟੁੱਟ ਗਏ ਸਰ ਮੈਂ ਕੁੰਸਾ ਗਿਆ ਅਤੇ ਉਹਨਾਂ ਨੇ ਲੈ ਆਉਂਦੀਆਂ ਨੇ ਛਾਵਾਂ ਮੈਂ ਤੁਹਾਨੂੰ ਖਾਣਾ ਪਹਿਲੇ ਨੰਬਰ 'ਤੇ ਹੋ ਗਿਆ ਜੀ ਏਅਰ ਗਲਿੰਡਰ ਦਾ ਪੈਰ ਚੈੱਕ ਕਰੋ ਇਹਦੀ ਕੀ ਕੀਮਤ ਏ 430 ਦਾ ਆਇਆ ਜੀ ਏਅਰ ਗਲਿੰਡਰ ਦਾ ਪੈਪ 110 ਦਾ ਜੀ ਐਲ ਆਇਆ ਰੇਡੀਏਟਰ ਦਾ ਪੈਪ ਉਸ ਤੋਂ ਬਾਅਦ ਜੀ ਇਹ ਪਤਾ ਨਹੀਂ ਕਿੰਨੇ ਦਾ ਆਇਆ 300 ਦਾ ਆਇਆ ਇਹ ਵੀ ਜੇ ਏਅਰ ਗਲਿੰਡਰ ਦਾ ਪੈਪ ਇਹ ਵੀ ਸਾਈਡ 'ਤੇ ਹੋ ਗਿਆ ਐਨ ਜੀ ਹੱਲਾਂ ਦੇ ਫਾਲੇ ਦੇ ਕਾਬਲੇ ਫਾਲੇ ਪਏ ਨੇ ਡੇਰੇ ਹੱਲਾਂ ਦੇ ਫਾਲਿਆਂ ਦੇ ਕਾਬਲੇ ਨੇ ਉਸ ਤੋਂ ਬਾਅਦ ਇਹ ਵੀ ਨੇ ਜੀ ਫਾਲਿਆਂ ਦੇ ਕਾਬਲੇ ਅਤੇ ਹੁੱਕ ਦੀ ਪਲੇਟ ਰਹਿ ਗਈ ਸੀ ਉਹ ਆਵੇ ਦੀ ਸੁਬਾਹ ਹੁਣ ਹੋ ਗਈਆਂ ਹਨ ਦੁਕਾਨਾਂ ਬੰਦ ਇਹ ਚੈੱਕ ਕਰੋ ਇਹ ਅਤੇ ਜੀ ਦੋਸਤੋ ਉਸ ਤੋਂ ਬਾਅਦ ਇਹ ਜਿਹੜੇ ਜਿਹੜੇ ਵੇਖਣ ਦੇ ਉਹਨਾਂ ਨੂੰ ਤਾਂ ਪਤਾ ਹੋਣਾ ਮੈਂ ਵਲੋਗ ਛੱਡਿਆ ਰਾਹ 'ਚ ਉਹ ਫਲੈਸ਼ ਆਨ ਕਰ ਲਈਏ ਅਤੇ ਇਹ ਜੀ ਟੈਂਪਰੇਚਰ ਗੇਜ ਚੈੱਕ ਕਰੋ ਇਹ ਲੱਗ ਜਾਏ ਜੀ ਇੰਜਨ ਦੇ ਵਿੱਚ ਜਾਂ ਫਿਰ ਪਾਣੀ ਦੀ ਟੋਕ ਛੜਾਵੇ ਇਹ ਅਸੀਂ ਕੁਝ ਚੈੱਕ ਕਰੋ
ਅਤੇ ਥਰੈਸ਼ ਦਾ ਸੀਜ਼ਨ ਜਿਸ ਦੀ ਵਜ੍ਹਾ ਤੋਂ ਲਾਉਣੀ ਹੈ ਅਤੇ ਛੱਤਰੀ ਨਹੀਂ ਲਾਉਣ ਲੱਗੇ ਕਿਉਂਕਿ ਅਸਾਂ ਵੇਚਣਾ ਟਰੈਕਟਰ ਅਤੇ ਉਸ ਦੀ ਵਜ੍ਹਾ ਜਿਹੜੇ ਭਰਾ ਟਰੈਕਟਰ ਲੈਣਾ ਹੋਵੇ ਉਹ ਵੀ ਰਾਬਤਾ ਕਰ ਸਕਦੇ ਨਹੀਂ ਇਨਸ਼ਾਅੱਲਾ ਥਰੈਸ਼ਰ ਤੋਂ ਬਾਅਦ ਇਹਦੀ ਫਾਰ ਸੇਲ ਦੀ ਵੀਡੀਓ ਆਵੇ ਦੀ ਜਿਸ ਤਰ੍ਹਾਂ ਥਰੈਸ਼ਰ ਦੀ ਆਈ ਸੀ ਅਤੇ ਫਿਰ ਤੁਹਾਨੂੰ ਵਿਖਾਵਾਂਗੇ। ਹਾਂਜੀ ਡੇਅ ਟੂ ਅਤੇ ਅਸੀਂ ਲਾਏ ਨੇ ਜੀ ਵਾਢੇ ਕਣਕ ਵਾਸਤੇ ਅਤੇ ਉਹਨਾਂ ਵਾਸਤੇ ਲੈ ਕੇ ਆਏ ਹਾਂ ਪਾਣੀ। ਹੈਲੋ ਉਹ ਲੱਗੇ ਨੇ ਜੀ ਸਾਹਮਣੇ ਵਾਢੇ ਚੱਲ ਤੋਰ ਅਤੇ ਚੈੱਕ ਕਰੋ ਹਾਂ ਸਕੂਟਰ ਧਵਾਇਆ ਛੁਆਇਆ ਢੱਕਣ ਲਾਇਆ ਪਾਣੀ ਲੈ ਚਲੀ ਉੱਥੇ ਕਣਕ ਪੱਕ ਗਈ ਹੈ ਜੀ ਸਾਡੀ ਤੁਹਾਡੇ ਇਲਾਕੇ ਦਾ ਪਤਾ ਨਹੀਂ ਚੈੱਕ ਕਰੋ ਹੁਣ ਦਾਣਾ ਮਾਰ ਗਈ ਹੈ ਲਓ ਜੀ ਸਤਾ ਜੀ ਪਾਣੀ ਕੀ ਭਾਈ ਇੱਥੇ ਉਹ ਸਟਾਲੇ 'ਚ ਧਰਨੇ ਆ ਸਸਪੈਂਸ਼ਨ ਨੂੰ ਲੈਂਦੇ ਆ ਦਸਾਂ ਬੰਦੇ ਦੀ ਰੋਟੀ ਵੀ ਤਿਆਰ ਕਰੋ ਦਸਾਂ ਦੀ ਦਸ ਬੰਦੇ ਦੀ ਤੁਸਾਂ ਚਾਚੂ ਮਨ ਨੂੰ ਫੋਨ ਕੀਤਾ ਹਾਲ ਚਾਚੂ ਮਨ ਨੂੰ ਫੋਨ ਕੀਤਾ ਹਾਲ ਪਾਣੀ ਦਾ ਉਹਨਾਂ ਨੇ ਫੋਨ ਕਰੋ ਵੀ ਰੋਟੀ ਦਾ ਤੇ ਉਹ ਫਿਰ ਮੈਨੂੰ ਦੱਸ ਦੇਣ ਕਿਹੜੇ ਹੋਟਲ ਤੋਂ ਲਿਆਉਣੀ ਮੈਂ ਲੈ ਆਉਂਦਾ ਸ਼ੋਰੂਮ ਦੇ ਨਾਲ ਵਾਲਾ ਹੋਟਲ ਚਲੋ ਲੈ ਤੁਹਾਡੇ ਕੋਲ ਕਿਹੜਾ ਕਿਹੜਾ ਹੈ ਇਹਦਾ ਕਿੱਲਾ ਨਾਲ ਵਾਲਾ ਵੀ ਹੇਠਲੀ ਕੋ ਨਹੀਂ ਹੇਠਲੀ ਮੈਂ ਹੈ ਵੈਪਰ ਨਾ ਵੜਨੀ ਅੱਗੇ ਕਿਰੇ ਵੱਢੀ ਜੇ ਕਿ ਪਹਿਲਾਂ ਜੇ ਨਹੀਂ ਨਹੀਂ ਇਸ ਸੀਜ਼ਨ ਇਸ ਸੀਜ਼ਨ 'ਚ ਇਸ ਸੀਜ਼ਨ 'ਚ ਪਹਿਲੀ ਵਾਢੀ ਜੇ ਇੱਥੇ ਹਾਂ ਜੀ ਦੋਸਤੋ ਤੇ ਜੀ ਇਹ ਆਉਂਦੇ ਨੇ ਰੋਟੀ ਲੈ ਆਵੋ ਅਤੇ ਮੈਂ ਉਹਨਾਂ ਨੂੰ ਆਖਿਆ ਤਾਂ ਚੁੰਮਾ ਨੂੰ ਫੋਨ ਕਰੋ ਅਤੇ ਪੁੱਛ ਕੇ ਦੱਸੋ ਵੀ ਹੋਟਲ ਵੀ ਲਿਆਉਣੀ ਹੈ ਕਾਰ ਬਣਾਉਣੀ ਹੈ ਅਤੇ ਇਹਨਾਂ ਦਾ ਬੈਲੈਂਸ ਕੋਈ ਨਹੀਂ ਅਤੇ ਮਾਪੀ ਘਰ ਜਾ ਕੇ ਪੁੱਛ ਕੇ ਤਾਂ ਫਿਰ ਦੱਸਣਾ ਇਹਨਾਂ ਨਾਲ ਰੋਟੀ ਲਿਆ ਕੇ ਦੇਈਏ ਅਤੇ ਇਹ ਤਾਂ ਆਉਂਦੇ ਨੇ 30 ਰੋਟੀ ਲੈ ਆਵੋ 10 ਬੰਦੇ ਨੇ ਅਤੇ ਇੰਨੀਆਂ ਨਹੀਂ ਇਹਨਾਂ ਕਿੱਥੇ ਖਾਣੀਆਂ ਨਹੀਂ ਜੋ ਝੂਠ ਮਾਰਦੇ ਨੇ ਅਤੇ ਜਿੰਨੀਆਂ ਆਉਂਦੇ ਹੋ ਤਕਰੀਬਨ 20 ਰੋਟੀ ਬੜੀ ਹੋਣੀ ਹੈ 20 ਰੋਟੀ ਲੈ ਆਉਂਦੇ ਹਾਂ ਅਤੇ ਉਸ ਤੋਂ ਬਾਅਦ ਚੈੱਕ ਕਰੋ ਹਾਂ ਸਕੂਟਰ ਲਿਸ਼ਕ ਰਿਹਾ ਇਹ ਤਾਂ ਛਾਂ ਹੈ ਨਾ ਤਾਂ ਨਹੀਂ ਪਸੰਦ ਰਹਿੰਦਾ ਹੈ ਵੇਖੋ ਗੰਦਾ ਵੀ ਹੋ ਗਿਆ ਭੈਣ ਦੀ ਮੈਂ ਹੁਣ ਮੈਂ ਕੀ ਆਖਾਂ ਦੇਖ ਮੈਂ ਹੁਣੀ ਜੇ ਸਫਾਈ ਕਰਕੇ ਆਇਆ ਧਵਾ ਕੇ ਸਾਡੇ ਨੂੰ ਟਾਇਰ ਲਿਸ਼ਕ ਰਿਹਾ ਥੱਲੇ ਵੇਖੋ ਭੈਣ ਨੂੰ ਮੇਰੇ ਮੂੰਹ ਕੁਝ ਹੋਸ ਅਤੇ ਚਲੋ ਫਿਰ ਅਸੀਂ ਰੋਟੀ ਲੈ ਵੀ ਮੈਂ ਤਰਿਆਨ ਚੱਲ ਡੋਰ ਫਿਰ ਯਾਰ ਇੱਕ ਤਾਂ ਬੜਾ ਵਾਹ ਅਤੇ ਵੈਪਰ ਨਾ ਲੈਣ 'ਚ
ਆਪਣਾ ਵੈਪਰ ਵੈਪਰ ਮਾਰੀਏ ਤੇ ਉਹਨੇ ਆਖਿਆ ਕੰਮ ਮੁੱਕ ਜਾਣਾ ਘੰਟੇ ਡੇਢੇ 'ਚ ਸਾਰੇ ਕਣਕ ਵੱਢ ਕੇ। ਇਹਨਾਂ ਨੇ ਉਹਨੇ ਆਖਿਆ ਇੱਥੇ ਭੈਣ 'ਚ ਰੋਟੀ ਵੀ ਦੇਵੀਏ ਵਾਢੀ ਵੀ ਦੇਵੀਏ ਕਿੱਲੇ ਦਾ 20,000 ਰੁਪਈਆ ਵੀ ਦੇਵੀਏ। ਫਿਰ ਉਹਨੇ ਆਖਿਆ ਇੱਥੇ ਅਤੇ ਫਿਰ ਰੋਟੀ ਲੈ ਲਾਵਿਆਂ ਕੋਲੋਂ ਹੋ ਕੇ ਆ ਗਿਆ ਰੋਟੀ ਜਿਹੜੀ ਉਹਨੇ ਸ਼ੋਰੂਮ ਤੋਂ ਆਉਣੀ ਅਤੇ ਰੋਟੀ ਉਹਨਾਂ ਦੀ ਆ ਜਾਂਦੀ ਹੈ। ਅਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਹਾਂ ਕਿ ਇਹਨਾਂ ਦਿਨਾਂ ਤੋਂ ਵਲੋਗ ਕਿਉਂ ਨਹੀਂ ਆਇਆ ਯਾਰ। ਮੈਂ ਹੋ ਗਿਆ ਹਾਂ ਬੜਾ ਨਾ ਮਯੂਸ, ਕੋਈ ਕੰਮ ਕਰਨ ਦੇ ਦਿਲ ਹੀ ਨਹੀਂ ਸੀ ਕਰਦਾ। ਉੱਤਲ ਜਾਵਾਂ ਹੋਈ ਜੇਨ 'ਚ, ਇੱਤਲ ਆਵਾਂ ਹੋਈ ਜੇਨ 'ਚ, ਕਿਤੇ ਬਾਹਾਂ ਹੋਈ ਜੇਨ 'ਚ, ਉਹ ਬੈਲ ਖੋਲ੍ਹ ਕੇ ਉਹਨੂੰ ਮਿਹਨਤ ਲੈਂਦਾ ਹਾਂ ਕਿਤੋਂ ਉਹ ਕੰਮ ਸਹੀ ਹੋਵੇਗਾ। ਅਤੇ ਉਹ ਜਿਹੜਾ ਕੰਮ ਸੀ ਉਹ ਸੀ ਕਿ ਟਿਕਟਾਕ ਦੀ ਆਈ ਡੀ ਹੋ ਗਈ ਸੀ ਬੈਨ 2 ਸਾਲਾਂ ਤੋਂ। ਇਹ ਨਹੀਂ ਕਿ ਫਾਲੋਅਰ ਅਤੇ ਲਾਈਕ ਉਹ ਵਜ੍ਹਾ ਨਹੀਂ ਸੀ, ਵਜ੍ਹਾ ਸੀ ਸਾਰੀ ਕਿ 567 ਵੀਡੀਓ ਸੀ ਜਿਹਦੇ ਵਿੱਚ 385 ਦੀਆਂ ਵੀਡੀਓ ਸਨ, 640 ਦੀਆਂ ਬੜੀਆਂ ਵੀਡੀਓ ਸਨ, ਅੱਜ ਤੋਂ 2 ਸਾਲ ਪਹਿਲਾਂ ਦੀਆਂ ਵੀਡੀਓ ਸਨ। ਕਿਉਂਕਿ 2 ਸਾਲ ਪਹਿਲਾਂ ਮੇਰਾ ਕੱਦ ਤਕਰੀਬਨ ਉਸ ਤੋਂ ਬਾਅਦ ਫੁੱਟ ਵਧਿਆ 2 ਸਾਲਾਂ 'ਚ। ਪੁਰਾਣੀ ਯਾਦ ਹੈ ਅਤੇ ਮੈਂ ਜਦੋਂ ਮੋਬਾਈਲ ਲਿਆ ਨਾ ਪਹਿਲੀ ਟਿਕ ਆਈ ਡੀ ਸੀ 21,000 ਲਾਈਕ ਸਨ ਅਤੇ 2,000 ਫਾਲੋਅਰ ਸੀ। ਉਹ ਹੋ ਗਈ ਹੈ ਬੈਨ, ਅਤੇ ਬੈਨ ਕਿਹੜੀ ਵਜ੍ਹਾ ਤੋਂ ਹੋਈ ਉਹ ਵੀ ਮੈਂ ਦੱਸਣਾ। ਮੈਂ 18 ਸਾਲ ਤੋਂ ਨਿੱਕਾ, ਜਿਸ ਦੀ ਵਜ੍ਹਾ ਤੋਂ ਮੋਟਰਸਾਈਕਲ ਚਲਾਉਣਾ ਨਹੀਂ ਮੇਰੇ 'ਤੇ ਜਾਇਜ਼। ਮੈਂ ਚੜਿਆ ਸੀ ਮੋਟਰਸਾਈਕਲ ਦਾ ਅਗਲਾ ਟਾਇਰ ਉਹ ਰੋਟਾਵੈਟਰ ਪਏ ਆ ਉਹਦੇ 'ਤੇ, ਆਈ ਸਮਝ, ਅਗਲਾ ਟਾਇਰ ਚੜਿਆ ਸੀ। ਆ ਮੈਨੂੰ ਤੇਰੀ ਉਮਰ ਦੇ ਉਹਨਾਂ ਵੀਡੀਓ ਡਿਲੀਟ ਕਰ ਛੱਡੀ ਕਮਿਊਨਿਟੀ ਗਾਈਡਲਾਈਨ ਲਾਇਆ 1 ਮਿੰਟ ਦੇ ਵਿੱਚ। ਮੈਂ ਵੀਡੀਓ ਖੋਲ੍ਹੀ, ਮੈਂ ਆਖਿਆ ਕਿਉਂ ਲੱਗੀ, ਉਹ ਮੈਂ ਜੋ ਹੀ ਪੜ੍ਹਿਆ ਉਹਨਾਂ ਨੇ ਉੱਤੇ ਲਿਖਿਆ ਸੀ ਬਈ ਇਹ ਕੰਮ ਹੈ ਤੁਹਾਡੇ 18 ਸਾਲ ਤੋਂ ਉੱਤੇ ਵੀ ਤੁਸੀਂ ਨਹੀਂ ਸਕੂਟਰ ਚਲਾ ਸਕਦੇ ਅਤੇ ਇਹਦੇ 'ਤੇ ਅਸੀਂ ਵੀਡੀਓ ਤੁਹਾਡੀ ਡਿਲੀਟ ਕੀਤੀ, ਤੁਸੀਂ ਐਗਰੀ ਹੋ ਕਿ ਡਿਸਐਗਰੀ ਹੋ। ਮੈਂ ਡਿਸਐਗਰੀ ਕਰ ਛੱਡਿਆ ਚੁੱਪ ਕਰਕੇ ਬਈ ਮੈਂ ਨਹੀਂ ਹੈ, ਮੇਰਾ ਉਹਦਾ ਮਤਲਬ ਸੀ ਕਿ ਮੈਂ ਨਹੀਂ ਮੰਨਦਾ ਕਿ ਮੇਰੀ ਜਿਹੜੀ ਉਮਰ ਹੈ ਉਹਦੇ ਵਿੱਚ ਮੈਂ ਨਹੀਂ ਕਰ ਸਕਦਾ। ਉਹਨਾਂ ਨੇ ਕਰ ਛੱਡੀ ਆਈ ਡੀ ਬੈਨ, ਅੱਜ ਤਕਰੀਬਨ ਕੋਈ 5-6 ਦਿਨ ਨੇ ਮੈਂ ਬਣਾਈ ਹੈ ਨਵੀਂ ਆਈ ਡੀ, ਉਹਦੇ ਤਕਰੀਬਨ ਫਾਲੋਅਰ ਨੇ ਮੇਰੇ ਹੋ ਗਏ 2 ਦਿਨਾਂ 'ਚ 350 ਤਕਰੀਬਨ। ਇਨਸ਼ਾਅੱਲਾ 2,500 ਫਾਲੋਅਰ ਕਰਕੇ ਉਹਦੇ 'ਤੇ ਲਗਾਤਾਰ ਦਿਨ ਦੀ 10-10 ਵੀਡੀਓ ਚਾੜਨੀ ਹੈ ਇਨਸ਼ਾਅੱਲਾ। ਅਤੇ ਤੁਸੀਂ ਸਾਰੇ ਵੀ ਦੁਆ ਕਰਿਓ ਕਿ ਮੇਰੀ ਆਈ ਡੀ ਵਾਪਸ ਆ ਜਾਵੇ, ਕਿਉਂਕਿ ਉਹਦੇ ਵਿੱਚ ਮੇਰੇ ਚਾਚੂ ਜਿਹੜੇ ਫੋਤ ਹੋ ਗਏ ਨੇ ਉਹਨਾਂ ਦੇ ਟਰੈਕਟਰ ਦੀਆਂ ਵੀਡੀਓ ਸਨ,
ਜਿਹੜਾ ਕਿ ਹੁਣ ਸਾਡੇ ਕੋਲ ਕੋਈ ਨਹੀਂ, ਅਸਾਂ ਵੇਚ ਛੜੇ ਆ। ਉਹਦੇ ਵਿੱਚ ਰਾਜੀ ਦੀਆਂ ਹੀ ਵੀਡੀਓ ਸਨ, ਹੋਰ ਵੀ ਕਈ ਟਰੈਕਟਰ ਆਏ ਕਈ ਗਏ, ਉਹਨਾਂ ਦੀਆਂ ਹੀ ਵੀਡੀਓ ਸਨ। 60 ਸੀ ਇੱਕ, 480 ਸਿੰਗਲਾ, 85, 640 ਦਬੰਗ ਹੋ ਗਿਆ, ਇਹਨਾਂ ਸਾਰਿਆਂ ਦੀਆਂ ਵੀਡੀਓ ਸਨ। ਅਤੇ ਮੇਰੇ ਪੁਰਾਣੇ ਸਕੂਟਰ ਦੀਆਂ ਵੀਡੀਓ ਸਨ। ਪਤਾ ਕੀ ਗੱਲ ਨੇ, ਮਕਸਦ ਮੈਂ ਤੁਹਾਨੂੰ ਕਿਉਂ ਦੱਸਣ ਲੱਗਿਆ ਕਿ ਮੈਨੂੰ ਕਿਉਂ ਇੰਨੀ ਤਕਲੀਫ ਹੈ, ਤਕਲੀਫ ਪਤਾ ਕਿਉਂ ਹੈ ਯਾਰ। ਇੱਕ ਮੋਟਰਸਾਈਕਲ ਜਿਹਦੇ ਤੁਸੀਂ ਜਾ ਸਹੀ ਹੈ, ਉਹਦੇ ਕੋਲ ਸਿਰਫ ਤੁਹਾਡੀ ਕੋਲ ਉਹਦੀ ਯਾਦ ਵਾਸਤੇ ਇੱਕ ਵੀਡੀਓ ਹੈ, ਹੋਰ ਕੱਖ ਵੀ ਨਹੀਂ ਉਹਦਾ ਪਏ ਆ। ਸਹੀ ਸੀ ਦੱਸਿਓ, ਬੰਦੇ ਨੂੰ ਤਕਲੀਫ ਹੁੰਦੀ ਹੈ ਕਿ ਨਹੀਂ ਯਾਰ? ਤਕਲੀਫ ਤਾਂ ਭਲੇ ਭਲੇ ਨੂੰ ਹੁੰਦੀ ਹੈ। ਇੱਕ ਟਰੈਕਟਰ ਹੈ, ਉਹਦੇ ਤੁਸੀਂ ਜਾਂਚ ਸਹੀ ਹੈ। ਮੈਂ ਸਿੰਗਲੇ 'ਤੇ ਪਹਿਲੀ ਵਾਰੀ ਟਰੈਕਟਰ ਚਲਾਇਆ ਸੀ, ਸੱਠੇ 'ਤੇ ਦੂਜੀ ਵਾਰੀ ਚਲਾਇਆ ਸੀ, ਰਾਧੀ ਤੀਜੀ ਵਾਰੀ, 85 ਤਾਂ ਮੈਨੂੰ ਫੁੱਲ ਜਾਂਚ ਆਏ ਸੀ। ਇਹ ਟਰੈਕਟਰ ਜਿਹੜੇ ਨੇ ਇਹਦੀ ਜਾਂਚ ਨਿਕਲਦੀ, ਇਹਨਾਂ 'ਤੇ ਜਾਂਚ ਵੀ ਸਹੀ ਹੈ ਆਈ ਸੀ। ਅਤੇ ਸਾਰੇ ਭਰਾ ਜਾ ਕੇ ਉਸ ਆਈ ਡੀ ਨੂੰ ਫੋਲੋ ਵੀ ਕਰੋ। ਮੈਂ ਲਿੰਕ ਉਹਦਾ ਬਾਇਓ 'ਚ ਦੇ ਦਿਆਂ, ਤਾਂ ਲਿੰਕ ਹੁਣ ਮੈਂ ਕਿੱਥੋਂ ਦਿਆਂ, ਕਿੱਥੋਂ ਨਾਲ ਹੀ ਆਈ ਡੀ ਘੱਟਾ। ਚਲੋ ਮੈਂ ਕੋਸ਼ਿਸ਼ ਕਰਾਂ, ਮੈਂ ਕਿਸੇ ਮੋਬਾਈਲ ਤੋਂ ਕੱਢ ਕੇ ਉਹਦਾ ਮਤਲਬ ਲਿੰਕ ਘੱਲ ਦਿਆਂ। ਅਤੇ ਬਾਕੀ ਆਹ ਸੀ, ਸਾਰੇ ਭਰਾ ਜਾ ਕੇ ਨਾ ਉਹਨੂੰ ਫੋਲੋ ਕਰੋ। ਫੋਲੋ ਵੀ ਕਰਨਾ, ਇਹਦੇ 'ਤੇ ਵਿਊ ਵੀ ਕੋਈ ਨਹੀਂ ਆਉਂਦੇ। ਉਹਦੇ ਨਾਲ ਚੁੱਕ ਜਿਹੜੀ ਮੈਂ ਨਵੀਂ ਆਈ ਡੀ ਬਣਾ ਲਈ, ਉਹਦੇ 'ਤੇ ਮੈਂ ਆਖਾਂਗੀ ਇਹਨਾਂ ਦਾ ਮੇਰੀ ਆਈ ਡੀ ਨੂੰ ਜਾ ਕੇ ਫੋਲੋ ਕਰੋ ਅਤੇ ਬੰਦੇ ਕਰਦੇ। ਅਤੇ ਸਾਰੇ ਭਰਾ ਯਾਰ ਸਬਸਕ੍ਰਾਈਬ ਕਰੋ, ਚੈਨਲ ਸਾਡਾ ਉਤਾਂ ਜਾਏ ਅਤੇ ਅਸੀਂ ਮਸ਼ਹੂਰ ਹੋਈਏ। ਅਤੇ ਹੁਣ ਹਰੇਕ ਨੂੰ ਜਾਂਦੇ ਹਾਂ ਲਾਵਿਆਂ, ਉੱਥੇ ਵੀ ਜਾ ਕੇ ਬਣਾਉਂਦੇ ਹਾਂ ਵਲੋਗ। ਹਾਂਜੀ, ਅਤੇ ਟਰੈਕਟਰ ਉਹ ਖੜਾ ਖੜਿਆ ਸਾਹਮਣੇ, ਅਤੇ ਮੈਂ ਇੱਧਰ ਕਣਕ ਵੱਲ ਆਇਆ ਅਤੇ ਕਣਕ ਚੰਗੀ ਹੈ ਬਾਬਾ, ਮਾਸ਼ਾਅੱਲਾ, ਮਾੜੀ ਨਹੀਂ। ਅਤੇ ਵੱਢਦੇ ਨੇ ਪਏ ਬਾਬਾ, ਵੱਢ ਛੜੀ ਨੇ ਘੰਟੇ 'ਚ, ਘੰਟੇ ਡੇਢ 'ਚ ਬਾਬਾ ਵੱਢ ਛੜੀ ਨੇ। ਅਤੇ ਸ਼ਾਮਾਂ ਨੂੰ ਮੇਰਾ ਹਾਲ ਮੁਕਾ ਦੇਣ ਦੇ, ਅੱਲਾ ਕੀਤਾ ਤਾਂ ਸ਼ਾਮਾਂ ਨੂੰ ਮੁੱਕ ਜੇ ਦੀ, ਅਤੇ ਸ਼ਾਮੀ ਜੇ ਵੱਢ ਛੜੀ ਤਾਂ ਫਿਰ ਮੈਂ ਤੁਹਾਨੂੰ ਆ ਕੇ ਵਹਾਂਦਾ। ਹੈਲੋ ਜੀ, ਅਤੇ ਜੀ ਅਗਲਾ ਦਿਨ ਅਤੇ ਪਿੱਛੇ ਹਮਦਾ ਮਾਨੀਆਂ ਵੀ ਖੜਨੇ ਆ, ਜਾਮਾ ਛੜੇ ਅੱਜ ਇੱਥੇ ਵਾਈ ਬਿਜ਼ੀ ਬੈਲੀ ਹੋ, ਬੈਲੀ ਹੋ ਅਤੇ ਤੇਲੀ ਹੋ, ਕਣਕੇ ਚੱਲੇ ਆ, ਕਣਕ ਭਾਵਾਂ ਵੱਢ ਛੜੀ, ਮੇਰਾ ਹਾਲ ਦੋਵੇਂ ਖੱਤੇ ਵੱਢ ਛੜੇ, ਲੈ ਜਾਂਦੇ ਹਾਂ ਅੱਜ ਇੱਥੇ ਕਿੱਥੇ ਛੱਡੀ ਸਾਡੀ ਮਾਂ ਸੜੀ ਹੋਣੀ ਜਗ੍ਹਾ। ਹਾਂਜੀ ਮਿੱਤਰੋ, ਤੇ ਬੇਲੀ ਹੋ ਲਵੀ ਨਾ, ਐ ਵੇਖੋ ਜੀ ਕਣਕ ਬੰਦੇ ਨੇ ਸਾਰੇ, ਜੱਟ ਸਾਹਿਬ ਜਾਂ ਮਾਸਾ ਖਾਲੇ 'ਚ ਵੜਨਗੇ। ਹਾਂ ਵੀ ਮਿੱਤਰੋ ਤੇ ਬੇਲੀ ਹੋ ਅਤੇ
ਕਣਕ ਉਹਨਾਂ ਬੰਨ ਸੜੀ ਜਾਂਦੀ। ਹੁਣ ਚੱਲੇ ਆ ਜੀ ਉਹਨਾਂ ਨੇ ਨਸਵਾਉਣ ਦਾ ਬਣੀ ਹਜ਼ਾਰ ਨਾਲ ਨਾਲ ਮਾਹੌਲ ਰਹਾ ਚੱਲੇ ਆ ਜੀ ਨਸਵਾਉਣ ਲੈਣ। ਸ਼ਤਾਲਾ ਸੰਘਾ ਛੱਡਿਆ ਟੈਂਸ਼ਨ ਬਾਅਦ ਨਾ ਆਉਂਦੀ ਹੋਵੇ ਤਾਂ ਗੁਜ਼ਾਰਾ ਕਰਨਾ ਜਮਾਂ ਓਕੇ ਉਹ ਪਿੱਛੇ ਹੀ ਰੱਖ ਕੇ ਮੇਰੇ ਮੂੰਹ ਜੀ ਮੇਰੇ ਸਾਹਮਣੇ ਇੱਕ ਕੰਮ ਹੋਇਆ ਆਵਾਂ ਗ੍ਰੈਂਡ ਨੇ ਇੱਥੇ ਜੀ ਟਰੈਕਟਰ ਖੋਲ੍ਹੇ ਆ ਕਿਉਂ ਖੋਲ੍ਹੇ ਆ ਕਲੱਚ ਪਲੇਟ ਧੋਖਾ ਦੇ ਜਾਂਦੀ ਹੈ ਕਣਕ ਦੇ ਵਿੱਚ ਧੋਖਾ ਨਾ ਦੇਵੇ ਇਸ ਵਜ੍ਹਾ ਤੋਂ ਕਲੱਚ ਪਲੇਟ ਦਾ ਬੈਰਿੰਗ ਵੀ ਪਾਉਂਦੇ ਹਾਂ ਇਹ ਲਾ ਇਹ ਨਾਲੇ ਪੀ ਟੀ ਓ ਅਤੇ ਦੂਜਾ ਕਲੱਚ ਹੁੰਦਾ ਡਬਲ ਇਹਦਾ ਕਲੱਚ ਸਿੰਗਲ ਉਹ ਵੀ ਡਬਲ ਕਰਨੇ ਆ ਅਤੇ ਇੱਕ ਦੋ ਟਿਕ ਟਾਕ ਬਣਾਉਂਦੇ ਹਾਂ ਨਵੀਂ ਆਈ ਡੀ ਵਾਸਤੇ ਅਤੇ ਇੱਥੇ ਕਰਨੇ ਹਾਂ ਜੀ ਅਸੀਂ ਅੱਜ ਦੇ ਵਲੋਗ ਦਾ ਐਂਡ ਫਿਰ ਮੇਰੇ ਤੁਹਾਡੇ ਨਾਲ ਨਵੀਂ ਵੀਡੀਓ ਨਾਲ ਉਸ ਟਾਈਮ ਤੱਕ ਬਾਏ।